ਮੇਰਾ ਨਾਮ ਵੀ ਰਮਨਦੀਪ ਸਿੰਘ ਹੈ ਬਈ। ਪੋਲਟਰੀ ਵਿੱਚ ਜ਼ਿਆਦਾਤਰ ਲੋਕ ਆਪਾਂ ਨੂੰ ਹਰਮਨ ਦੇ ਨਾਮ ਤੋਂ ਜਾਣਦੇ ਆ ਬਈ। ਅਤੇ ਆਪਣਾ ਮਰੋੜ ਤੋਂ ਬਹੁਤ ਰੋਡ 'ਤੇ ਫਾਰਮ ਹੈ ਜੀ ਬੱਲੂਆਂ ਨੇ। ਆਪਣਾ ਪੋਲਟਰੀ ਦਾ ਕਹਿ ਦਈਏ ਦੇਸੀ ਦਾ ਫਾਰਮ ਹੈ ਅਤੇ ਨਾਲ ਬੱਕਰੀਆਂ ਦਾ ਕੰਮ ਆ, ਬੱਕਰੀਆਂ ਦਾ ਫਾਰਮ ਆਪਣਾ। ਅਤੇ ਆਪਣੇ ਕੋਲੋਂ ਜਿਵੇਂ ਕਹਿ ਦਈਏ ਸੇਲ ਪਰਚੇਜ ਦਾ ਕੰਮ ਹੈ, ਲੋਕ ਦੇਸੀ ਬੱਚਾ ਲਿਜਾ ਸਕਦੇ ਨੇ ਅਤੇ ਦੇਸੀ ਬੱਚਾ ਆਪਾਂ ਨੂੰ ਵੱਡਾ ਕਰਕੇ ਵੇਚ ਵੀ ਸਕਦੇ ਨੇ ਬਈ। ਆਏ ਬੱਕਰੀਆਂ 'ਚ ਬਈ ਆਪਣੇ ਤੋਂ ਬੱਕਰੀਆਂ ਤੁਸੀਂ ਲੈ ਸਕਦੇ ਹੋ ਜੇਕਰ ਕਿਸੇ ਨੇ ਲੈਣੀ ਹੈ। ਅਤੇ ਜੇਕਰ ਜਿਸ ਕੋਲ ਵੱਡਾ ਨਾਲ ਪਿਆਰ ਆ ਬਈ, ਆਪਾਂ ਨੂੰ ਤੁਸੀਂ ਵੀਡੀਓ ਪਾ ਸਕਦੇ ਹੋ ਅਤੇ ਆਪਾਂ ਤਾਂ ਅਗਲੇ ਦਾ ਉਸਾ ਸਕਦੇ ਵੀ ਕਹਿ ਦਈਏ ਸੇਲ ਪਰਚੇਜ ਦਾ ਵੀ ਨਾਲ। ਬਾਈ ਜੀ, ਪੋਲਟਰੀ ਦਾ ਕੰਮ ਬਹੁਤ ਬੰਦੇ ਕਰ ਰਹੇ ਆ ਪੰਜਾਬ ਦੇ ਵਿੱਚ, ਦੇਸੀ ਪੋਲਟਰੀ ਦਾ। ਲੋਕ ਤੁਹਾਡੇ ਕੋਲੋਂ ਹੀ ਕਿਉਂ ਖਰੀਦ ਕਰਨ? ਦੇਸੀ ਬੱਚੇ ਜਿਵੇਂ ਤੁਸੀਂ ਸੇਲ ਕਰਦੇ ਹੋ, ਤੁਹਾਡੇ ਕੋਲੋਂ ਹੀ ਖਰੀਦ ਕਿਉਂ ਕਰਨ? ਕੀ ਖਾਸੀਅਤ ਹੈਗੀ ਆਪਣੇ ਜਾਨਵਰਾਂ? ਬਈ ਆਪਾਂ ਇੱਕ ਤਾਂ ਸਭ ਤੋਂ ਵੱਡੀ ਇਹ ਗੱਲ ਆ ਰਹੇ ਹਾਂ ਹਰੇਕ ਬੰਦੇ ਨੂੰ ਵੀ ਤੁਸੀਂ ਫਾਰਮ 'ਤੇ ਆਓ ਬਈ, ਵਿਜਿਟ ਕਰੋ ਇੱਕ ਦਿਨ ਦੀ। ਸਾਡੇ ਕੋਲ ਤੁਸੀਂ ਆਓਗੇ ਤਾਂ ਹੋਰ ਨਹੀਂ ਤਾਂ ਤੁਹਾਨੂੰ ਸੈਟਅਪ ਕਿਵੇਂ ਜਾਨਵਰ ਰੱਖਣਾ ਹੈ ਨਾ ਬਈ, ਇਹ ਤੁਸੀਂ ਵੇਖੋਗੇ ਸਮਝੋਗੇ ਫ੍ਰੀ ਹੈ। ਮਤਲਬ ਕਿ ਆਪਣੇ ਕੋਲ ਇੱਕ ਦਿਨ ਤੁਸੀਂ ਆ ਕੇ ਸਾਰਾ ਜਾਨਵਰਾਂ ਬਾਰੇ ਪੁੱਛ ਸਕਦੇ ਹੋ, ਕਾਲ ਕਰਕੇ ਆਓ। ਅਤੇ ਜਾਨਵਰ ਆਪਣੇ ਕੋਲ ਮਤਲਬ ਕਿ ਜਿਹੜੀ ਬਰੀਡ ਦਾ ਪਾਓਗੇ ਆਹ ਦੇਸੀ ਡਬਲ ਐਪ ਜੀ ਦਾ ਮਿਲ ਜਾਣਾ। ਠੀਕ ਹੈ ਜੀ। ਬਾਈ ਜੀ, ਦੇਸੀ ਪੋਲਟਰੀ ਦਾ ਜਿਹੜਾ ਆਮ ਜਿਹੜੀ ਬਲੈਂਡਰ ਫਾਰਮਿੰਗ ਆ ਗਈ ਹੈ ਨਾ, ਜਿਹਦੀ ਜ਼ਿਆਦਾ ਡਿਮਾਂਡ ਰਹਿੰਦੀ ਹੈ, ਸਾਰਾ ਸਾਲ ਡਿਮਾਂਡ ਰਹਿੰਦੀ ਆ, ਦੇਸੀ ਪੋਲਟਰੀ ਡਿਮਾਂਡ ਆ ਜਿਹੜੀ ਜ਼ਿਆਦਾਤਰ ਸਰਦੀਆਂ ਦੇ ਵਿੱਚ ਹੁੰਦੀ ਹੈਗੀ ਆ, ਇਸ ਬਰੀਡ ਨਾਲੋਂ ਜਿਹੜਾ ਬਲੈਂਡਰ ਨਾਲੋਂ ਇਹਦਾ ਕੀ ਫਰਕ ਹੁੰਦਾ ਹੈਗਾ? ਤੁਸੀਂ ਇੰਨਾ ਤਜਰਬਾ ਕੀਤਾ ਹੈਗਾ, ਤੁਸੀਂ ਕਿਵੇਂ ਇਹਦਾ ਫਰਕ ਦੇਖਦੇ ਹੋ? ਬਈ ਬਰੈਲਰ ਕਹਿ ਦਈਏ ਵੀ ਉਹ ਇੱਕ ਅਲੱਗ ਬੀਜ ਕਹਿ ਸਕਦੇ ਹਾਂ, ਜਾਂ ਜਿਵੇਂ ਕਹਿ ਦਈਏ ਵੀ ਇੱਕ ਧੰਦਾ ਹੈ ਨਾ, ਅਲੱਗ ਹੈ ਦੇਸੀ ਦਾ ਅਲੱਗ ਹੈ। ਦੇਸੀ ਦਾ ਵੀ ਕੰਮ ਬਈ 12 ਮਹੀਨੇ 30 ਦਿਨ ਹੈ, ਇਹ ਨਹੀਂ ਗਾ ਵੀ ਗਰਮੀ ਸਰਦੀ ਹੈ। ਹੁਣ ਇਹਦੇ 'ਚ ਮੰਨ ਕੇ ਚੱਲੋ ਵੀ ਜਿਹੜੇ ਬੰਦੇ ਨੇ ਕੋਈ ਚੂਸਾ ਪਾ ਲਿਆ ਬਈ, ਠੀਕ ਆ ਮੰਨਦੇ ਆਪਾਂ, ਉਹ ਮੰਨ ਕੇ ਚੱਲੋ ਵੀ ਜੇਕਰ ਬੰਦਾ ਚਾਹੁੰਦਾ ਤਾਂ ਉਹਨੂੰ ਆਂਡਿਆਂ ਦਾ ਕੰਮ ਕਰਨਾ ਤਾਂ ਫਿਰ ਉਹ ਮਤਲਬ ਕਿ ਵੇਚੇ ਨਾ ਆਪਦਾ ਹੈ ਨਾ ਰੱਖ ਲਏ। ਅਤੇ ਜੇ ਅਗਲਾ ਸੇਲ ਪਰਚੇਜ ਦਾ ਕੰਮ ਆ ਤਾਂ ਉਹ ਕਹਿ ਦੇ ਸਕਦੇ ਵੀ ਆਪਣੇ ਕੋਲੋਂ ਹਫ਼ਤੇ ਦਾ ਜਾ ਕੇ ਕੱਲ੍ਹ ਮਹੀਨੇ ਦਾ ਵੀ ਵੇਚ ਸਕਦੇ ਹੋ, ਤੁਹਾਨੂੰ 2 ਮਹੀਨਿਆਂ ਦਾ ਵੀ ਹੈ। ਸੀਜ਼ਨ 'ਚ ਜੇ ਤੁਸੀਂ ਵਧੀਆ ਪ੍ਰੋਫਿਟ ਕਰਾਓ ਆਉਣਾ ਤਾਂ ਆਂਡਿਆਂ ਦੀ ਮੁਰਗੀ ਤਿਆਰ ਕਰਕੇ ਵੇਚ ਕੇ ਵੀ ਮਤਲਬ ਆਪਾਂ ਸਮਾਨ ਫਸਿਆ। ਅਤੇ ਮੁੜ ਕੇ ਆਪਾਂ ਆਂਡਾ ਲੈ ਲਿਆ ਜਦੋਂ ਮੁਰਗੀ ਤੋਂ ਸਰਬਰੀ ਬਾਅਦ, ਤਾਂ ਉਹਦੀ ਬਈ ਤੁਸੀਂ ਆਪਣੇ ਮੁਰਗੀ ਵੇਚਣੀ ਸ਼ੁਰੂ ਕਰ ਦਿਉ ਬਈ। ਅਤੇ ਮੁੜ ਕੇ ਆਪਾਂ ਕਹਿ ਦਈਏ ਵੀ ਮਾਰਚ ਅਪ੍ਰੈਲ ਤੱਕ ਵਿਕੀ ਜਾਂਦੀ ਹੈ, ਕਿਉਂਕਿ ਹੁਣ ਅੱਜ ਕੱਲ੍ਹ ਕਹਿ ਦਈਏ ਵੀ ਜਿਵੇਂ ਆਪਣੇ ਪਟਿਆਲੇ ਲੰਗਰ ਹੈ ਨਾ, ਉੱਥੇ ਲਾਲ ਸਾਰੀਆਂ ਮੁਰਗੀਆਂ ਬਈ ਵਾਧੂ ਵੇਖਦੀਆਂ, ਵਾਧੂ ਬਾਬੇ ਲੈ ਕੇ ਜਾਂਦੇ ਕਹਿ ਦਈਏ, ਖਾਣ ਵਾਲੇ ਦੇਸੀ ਮੁਰਗਾ ਨੂੰ ਲੱਭਦਾ ਬਈ ਖਾਂਦੇ ਆ। ਉਹ ਬ੍ਰਾਇਲਰ ਅਗਲਾ ਉਦੋਂ ਖਾਂਦਾ ਕਹਿ ਸਕਦੇ ਜਦੋਂ ਅਗਲੇ ਨੂੰ ਦੇਸੀ ਮਾਲ ਮੁਰਗਾ ਕਿੱਧਰੋਂ ਨਹੀਂ ਮਿਲਦਾ ਨਾ, ਫਿਰ ਅਗਲਾ ਉਹ ਬ੍ਰਾਇਲਰ ਵੱਲ ਜਾਂਦਾ ਬਈ। ਇੱਕ ਬਈ ਜੇ ਆਪਾਂ ਗੱਲ ਕਰੀਏ ਦੇਸੀ ਮੁਰਗੀਆਂ ਦੀ, ਇਹਦੇ ਬਾਰੇ ਬੜੀਆਂ ਗੱਲਾਂ ਹੁੰਦੀਆਂ ਹੈ ਨਾ, ਵੀ ਜਿਹੜਾ ਇਹ ਆਂਡਾ ਹੁੰਦਾ, ਇਹ ਹੈਚਰੀ 'ਚ ਕੱਢਿਆ ਹੁੰਦਾ, ਅੱਗੇ ਮੁਰਗੀ ਆਂਡਾ ਨਹੀਂ ਲਾਉਂਦੀ। ਕੋਈ ਕਹਿੰਦਾ ਵੀ ਜੇ ਮੁਰਗਾ ਨਾ ਲੱਗਿਆ ਹੋਵੇ ਫਿਰ ਅੱਗੇ ਸੇਵਾ ਨਹੀਂ ਮੰਗਦੀ ਮੁਰਗੀ, ਹੈ ਨਾ। ਕਾਫੀ ਗੱਲਾਂ ਹੁੰਦੀਆਂ ਜਿਹੜੇ ਦੇਸੀ ਪੋਲਟਰੀ ਬਾਰੇ ਭਰਮ ਭੁਲੇਖੇ ਹੈਗੇ, ਉਹਨਾਂ ਸਾਰਿਆਂ ਬਾਰੇ ਡਿਟੇਲ ਨਾਲ ਦੱਸੋ ਜੀ। ਉਹਦੇ 'ਚ ਬਈ ਹੁਣ ਜਿਵੇਂ ਮੰਨ ਕੇ ਚੱਲੋ ਹੁਣ ਆਰ ਈ ਆਰ ਬਰੀਡ ਹੈ ਬਈ ਚੂਚਾ ਜਿਹੜਾ, ਉਹ ਅਗਲਾ ਕਹਿੰਦਾ ਵੀ ਆਂਡਾ ਘੱਟ ਆ ਜਾਂ ਕਿਵੇਂ। ਇੱਕ ਵੀ ਐੱਮ ਡੀ ਦਾ ਟੀਕਾ ਹੁੰਦਾ, ਮੈਰੈਕਸ ਵੀ ਕਹਿ ਦਿੰਦੇ ਜਾਂ ਉਹ ਸ਼ੋਰਟ 'ਚ ਐੱਮ ਡੀ ਵੀ ਕਹਿ ਦਿੰਦੇ ਆ, ਜਦੋਂ ਵੀ ਲੈਂਦੇ ਹੋ ਕਿੱਦਾਂ ਵੀ ਲੈਂਦੇ ਹੋਣਾ ਬਈ, ਉਹ ਟੀਕਾ ਲਾ ਕੇ ਲਓ ਇੱਕ ਦਿਨ ਦੇ ਬੱਚੇ 'ਤੇ। ਹਾਂਜੀ, ਬਾਕੀ ਜਿਹੜੀਆਂ ਮੇਨ 5-7 ਵੈਕਸੀਨੇਸ਼ਨ ਉਹ ਕਰੋ ਬਈ। ਹਾਂਜੀ, ਤਾਂ ਜਾਨਵਰ ਕਹਿ ਦਈਏ ਵੀ ਆਪਾਂ ਆਂਡਾ ਪੂਰਾ ਦਿੰਦਾ ਸੀ ਜੈਸੇ, ਜਦੋਂ ਆਪਣੇ ਮੰਨ ਕੇ ਜਦੋਂ ਇੱਕ ਬਠਿੰਡੇ ਦਾ ਡਾਕਟਰ ਮੇਜ਼ਦਰ ਆਏ ਆਪਣੇ ਕੋਲ, ਜ਼ਿਆਦਾ ਬੱਚੇ ਨੂੰ ਕਹਿ ਦਈਏ ਮੁਰਗੇ ਨੂੰ ਕਹਿ ਦਈਏ, ਉਸੇ ਟੀਕਾ ਲਾਉਂਦਾ ਵਧੀਆ ਪੂਰਾ ਕਹਿ ਦਈਏ ਵੀ ਉਮਰ 'ਚ 40-45 ਸਾਲਾਂ ਦਾ, ਨੇੜੇ ਤੇੜੇ ਦੀ ਪੋਲਟਰੀ ਤੋਂ ਥਾਵ ਉਹੀ ਦੇਖਦਾ। ਤੁਸੀਂ ਬਈ ਉਹਦਾ ਨੰਬਰ ਲਓ ਆਪਣੇ ਤੋਂ, ਕਿਉਂਕਿ ਉਹ ਆਪਣੇ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਜਾਨਵਰ ਆਪਣੇ ਫਾਰਮ ਤੋਂ ਗਿਆ ਉਹਨੂੰ ਕਿਹੜੀ ਵੈਕਸੀਨੇਸ਼ਨ ਲੱਗੀ ਹੈ, ਕਿਹੜੀ ਲੱਗਣੀ ਹੈ।
ਹਾਂਜੀ ਵੀ ਜੇ ਆਪਾਂ ਡਾਕਟਰ ਨਾਲ ਰਾਬਤਾ ਬਣਾ ਕੇ ਰੱਖੀ ਜਾਂ ਆਪਣੇ ਰੱਖਦਾ ਤਾਂ ਵਧੀਆ ਚੰਗਾ, ਜਦੋਂ ਅਗਲਾ ਕਹਿ ਦੇਈਏ ਵੀ ਆਪਦਾ ਨੁਕਤਾ ਅਪਣਾਉਂਦਾ ਵੀ 2-3 ਮਹੀਨੇ ਫੀਡ ਪਾਤੀ ਮੁਰਗੀ ਨੂੰ, ਵਧੀਆ ਪਾਤੀ, ਚੰਗੀ ਪਾਤੀ, ਮੁੜ ਕੇ ਉਹ ਕੀ ਕਰਦਾ ਵੀ ਇਨਵੈਸਟਮੈਂਟ ਉਹਦੇ ਕੋਲ ਘੱਟ ਜਾਂਦੀ ਹੈ, ਹਾਂਜੀ ਪੰਜਾਬੀ ਚ ਕਹੀਏ ਤਾਂ, ਹਨਾ, ਹਾਂਜੀ ਇਨਵੈਸਟਮੈਂਟ ਘੱਟ ਜਾਂਦਾ, ਉਹਦੇ ਕਰਕੇ ਦੇਸੀ ਨੁਕਤੇ ਜਿਵੇਂ ਹਰਾ ਪਾਤਾ ਜਾਂ ਕੋਈ ਦੇਸੀ ਮਟੀਰੀਅਲ ਕਹਿੰਦੀ ਕਣਕ ਪਾਤੀ, ਝੋਨਾ ਪਾਤਾ, ਉਹਦੇ ਕਰਕੇ ਜਾਨਵਰ 'ਚ ਬਈ ਵੀਕਨੈਸ ਆ ਜਾਂਦੀ ਹੈ, ਜਿਹਦੇ ਕਰਕੇ ਜਾਨਵਰ ਢਿੱਲਾ ਪੈ ਕੇ ਹੋਰ ਟਾਈਮ ਲੈ ਜਾਂਦਾ, ਲੰਮਾ ਟਾਈਮ, ਠੀਕ ਹੈ ਬਈ। ਵੀ ਜਾਂ ਤਾਂ ਸ਼ੁਰੂ ਤੋਂ ਹੀ ਉਹ ਦੇਸੀ 'ਤੇ ਰੱਖੋ ਪੈ ਕੋਲ, ਵੀ ਫੀਡ ਪਾਓ ਜਿੰਨੀ ਲੋੜ ਮੁਤਾਬਕ ਪਾਉਂਦੇ ਆ ਉਹ, ਨਾਲ ਵੇਸਟ ਵੀ ਪਾਉਂਦੇ ਰਹੋ ਆਪਦਾ ਜੋ ਪਾਉਣਾ ਆਪਾਂ ਦੇਸੀ ਮਟੀਰੀਅਲ, ਹਾਂਜੀ, ਹੈ ਨਾ ਆਪਦੀ, ਅਤੇ ਜਾਂ ਉਹ ਬਈ ਫੀਡ ਆ ਤਾਂ ਫੀਡ 'ਤੇ ਰੱਖੋ ਸ਼ੁਰੂ ਤੋਂ ਲੈ ਕੇ ਆਉਂਦਾ, ਠੀਕ ਹੈ ਬਈ। ਹਾਂ, ਫੇਅਰ ਨਹੀਂ ਬੰਦਾ ਮਾਰ। ਜੇ ਆਪਾਂ ਗੱਲ ਕਰੀਏ ਬਈ ਇਸ ਸਮੇਂ ਦੀ, ਹੈ ਨਾ, ਜਿਹੜੇ ਹੁਣ ਚੱਲ ਰਹੇ ਦਿਨ ਅਪ੍ਰੈਲ ਮਹੀਨਾ ਚੱਲ ਰਿਹਾ ਹੈਗਾ, ਜਿਹੜੇ ਬੰਦੇ ਨੇ ਸਰਦੀਆਂ ਦੇ ਵਿੱਚ ਆਂਡੇ ਦੀ ਮੁਰਗੀ ਰੱਖਣੀ ਹੈ ਘਰੇ, ਕੋਈ 20-50-100 ਲੱਗ ਰੱਖਣਾ ਹੈਗਾ, ਜਾਂ ਜਿਹਨੇ ਕਮਰਸ਼ੀਅਲ ਜਾਣਾ ਹੈਗਾ 500 ਤੋਂ ਉੱਪਰ ਜਿਹਦਾ ਬਰਡ ਲੈ ਕੇ ਜਾਂਦਾ, ਹਾਂਜੀ, ਇਹਦਾ ਸਹੀ ਟਾਈਮ ਕੀ ਹੁੰਦਾ ਹੈਗਾ ਤਾਂ ਕਿ ਸਰਦੀ ਦੇ ਵਿੱਚ ਆਪਾਂ ਨੂੰ ਜਿਹਦਾ ਅਰਲੀ ਆਂਡਾ ਮਿਲ ਸਕੇ? ਬਈ ਸਰਦੀ 'ਚ ਸਹੀ ਤਾਂ ਹੁਣ ਪਿਛਲੇ ਸਾਲ ਸਾਲ ਦੇਖੀਏ ਤਾਂ ਸਹੀ ਆਂਡੇ ਦੀ ਡਿਮਾਂਡ ਆਈ ਹੈ 10ਵਾਂ ਮਹੀਨਾ ਸ਼ੁਰੂ ਹੋਣ 'ਤੇ ਤਿੱਕਰੇ, ਹਾਂਜੀ, ਅਤੇ ਫੁੱਲ ਡਿਮਾਂਡ ਆਈ ਹੈ 11ਵਾਂ 12ਵਾਂ ਅਤੇ ਜਨਵਰੀ, ਕਿਉਂਕਿ ਸਰਦੀ ਐਤਕੀ ਲੇਟ ਪਈ ਹੈ, ਹਾਂਜੀ, ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਚੌਥਾ ਮਤਲਬ ਕਿ ਚੌਥੇ 'ਚ ਵੀ ਪਾ ਸਕਦੇ ਆਪਾਂ, 5ਵਾਂ 7 ਛੇਵੇਂ ਦੇ ਮਤਲਬ 5ਵੇਂ ਦੇ ਲਾਸਟ ਤੀਕਰ ਪਾ ਲਓ, ਮਈ ਤੱਕ, ਹਾਂ ਲਾਸਟ ਤੀਕਰ ਪਾ ਸਕਦੇ ਆਪਾਂ ਜਾਨਵਰ, ਅਤੇ ਉਹ ਆਪਣੇ ਕੋਲ ਜੇ ਸਹੀ ਜਾਨਵਰ ਹੈਗੇ ਆਂਡਾ ਚੱਲ ਪੈਂਦੀ ਹੈ 120-30 ਦਿਨਾਂ ਤੋਂ ਆਂਡਾ ਚੱਲ ਪੈਂਦੀ ਹੈ ਨੋਰਮਲੀ, ਹਾਂਜੀ, ਅਤੇ ਆਪਾਂ ਅਗਲੇ ਜਿਵੇਂ 4 ਮਹੀਨੇ 4.5 ਮਹੀਨੇ ਦਾ ਕਹਿ ਕੇ ਦਿੰਦੇ ਪ੍ਰੋਪਰ ਚੱਲ ਸਕਦੀ ਹੈ, ਵੀ ਆਂਡਾ ਉਹਦੇ ਕੋਲ 120-30 ਦਿਨਾਂ ਤੋਂ ਸ਼ੁਰੂ ਹੋ ਜਾਂਦਾ, ਇਹਦੀ ਵਧੀਆ ਸੰਭਾਲ। ਇੱਕ ਬਈ ਕਈ ਬੰਦੇ ਮਿਲਦੇ ਆ, ਹੈ ਨਾ, ਉਹ ਕਹਿੰਦੇ ਹੁੰਦੇ ਆ ਵੀ ਅਸੀਂ ਬੱਚਾ 100 ਬੱਚਾ ਲਿਆ ਸੀਗਾ, ਉਹਦੇ ਵਿੱਚੋਂ 90 ਮੁਰਗੇ ਨਿਕਲ ਗਏ, ਮੁਰਗੀਆਂ 10 ਹੀ ਨਿਕਲ ਗਈਆਂ, ਇਹਦੇ ਪਿੱਛੇ ਕੀ ਕਾਰਨ ਹੁੰਦਾ ਹੈਗਾ? ਵੀ ਹੈਚਰੀ ਵਾਲਿਆਂ ਨੂੰ ਪਤਾ ਹੁੰਦਾ ਇੱਕ ਦਿਨ ਦੇ ਬੱਚੇ ਦਾ ਵੀ ਇਹ ਮੁਰਗਾ ਜਾਂ ਮੁਰਗੀ, ਪਛਾਣ ਇਹਦੀ ਕਦੋਂ ਹੁੰਦੀ ਆ ਅਤੇ ਜ਼ਿਆਦਾ ਮੁਰਗੇ ਨਿਕਲਦਾ ਕੀ ਕਾਰਨ ਹੁੰਦਾ? ਬਈ ਇਹਦੇ 'ਚ ਕਹਿ ਦਈਏ ਵੀ ਇੱਕ ਦਿਨ ਵਾਲੇ ਬੱਚੇ 'ਚ ਸੈਕਸਿੰਗ ਹੋ ਜਾਂਦੀ ਹੈ, ਇਹਦੀ ਮੁਰਗੀ ਸਾਂਟੀ ਵੀ ਜਾਂਦੀ ਹੈ। ਅੱਛਾ ਜੀ, ਉਹ ਦੇਣ ਵਾਲੇ 'ਤੇ ਡਿਪੈਂਡ ਆ ਬਈ ਅਗਲਾ ਕੀ ਕਹਿ ਕੇ ਦਿੰਦਾ, ਹੈ ਨਾ, ਉਹ ਕਈ ਵਾਰੀ ਐਂ ਵੀ ਹੁੰਦਾ ਵੀ ਸਸਤੇ ਲਾਟ ਬਥੇਰੇ ਬੋਲ ਕਹਿ ਸਕਦੇ ਹੈਚਰੀਆਂ 'ਚ ਪਏ ਵੀ ਹੁੰਦੇ ਆ, ਇਕੱਲਾ ਮੇਲ ਪਿਆ ਉਹਦਾ ਅਗਲਾ ਲੈ ਕੇ ਗਾਂ ਵੇਚ ਦਿੰਦਾ, ਉਹ ਆਪਣਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇੱਕ ਤਾਂ ਹੁੰਦਾ ਜਿਵੇਂ ਰੇਸ ਮੈਂ ਫਾਰਮ ਲੀਂਗਾ ਘਰਾਂ 'ਚ ਲਾ ਲਈਆਂ, ਕਿਤੇ ਵੀ ਅਗਲਾ ਕਹੀ ਜਾਂਦਾ ਵੀ ਆਪਣੇ ਕੋਲ ਚੂਚੇ ਆ ਜਾਓ ਲੈ ਜਾਓ, ਇੱਕ ਜਿਵੇਂ ਹੁੰਦਾ ਵੀ ਆਪਣਾ ਜਿਵੇਂ ਹੁਣ ਫਾਰਮ ਅਗਲੇ ਨੂੰ ਕਹਿੰਦੇ ਕਦੋਂ ਮਰਜ਼ੀ ਆਓ ਇੱਕ ਦਿਨ ਦੀ ਪੂਰੀ ਟ੍ਰੇਨਿੰਗ ਲੈ ਕੇ ਜਾਓ, ਹੈ ਨਾ, ਤੁਸੀਂ ਪੈਸਾ ਇਨਵੈਸਟ ਕਰਨਾ ਆਪਦਾ, ਹੈ ਨਾ, ਆ ਚੀਜ਼, ਅਤੇ ਵੀ ਪੱਕੇ ਟਿਕਾਣੇ ਤੋਂ ਜਾਨਵਰ ਲਓ। ਹੁਣ ਕਈ ਕਹਿੰਦੇ ਟੋਕਰਿਆਂ ਵਾਲੇ ਆ ਤੂੰ ਐਤਕੀ ਬਹੁਤ ਕਲੇਟਾਂ ਕਹਿ ਦਈਏ, ਉਹ ਚਿੱਟੇ ਹੁਣ ਅੱਜ ਕੱਲ੍ਹ ਇੰਨੀ ਟੈਕਨੋਲੋਜੀ ਹੈ, ਚਿੱਟਾ ਚੂਚਾ ਹੁੰਦਾ ਜਿਵੇਂ ਮੁਰਗੀ ਕਹਿ ਦਈਏ, ਜਿਹੜੀ ਸਕਾਈ ਡਾਰਕ ਦੀਆਂ ਦੂਜੀ ਬਣਦੇ ਆਂਡੇ ਵਾਲੀ ਚਿੱਟਾ, ਉਹਦੇ ਨੇ ਜਿਹੜਾ ਮੇਨ ਨਿਕਲਦਾ ਬਈ ਉਹਨੂੰ ਲਾਲ ਕਾਲਾ ਚਿੱਟਾ ਕਿਹੜਾ ਮਰਜ਼ੀ ਰੰਗ ਹੋ ਕੇ ਉਹ ਬਾਅਦ ਪਿੰਡਾਂ 'ਚ ਲੋਕਾਂ ਕੋਲ ਵੀ ਜਾਂਦੇ, ਸਭ ਤੋਂ ਵੱਡਾ ਲੋਕਾਂ ਦਾ ਪਹਿਲਾ ਸਵਾਲ ਹੀ ਇਹ ਹੁੰਦਾ ਬਈ ਇਹ ਬੱਚਾ ਚਿੱਟਾ ਤਾਂ ਨਹੀਂ ਬਣਦਾ, ਉਹ ਕੀ ਹੈ ਵੀ ਉਹਨੇ ਆਪਦੀਆਂ ਗਲਤੀਆਂ ਨਹੀਂ ਕਹਿੰਦਾ ਵੀ ਮੈਂ ਕਿਹਦੇ ਤੋਂ ਚੂਚਾ ਲਿਆ, ਕਿਵੇਂ ਲਿਆ, ਫਾਰਮ 'ਤੇ ਗਿਆ ਸੀ ਜਾਂ ਕਿਵੇਂ ਨੇ, ਵੀ ਪੱਕੇ ਟਿਕਾਣੇ ਵਾਲੇ ਬੰਦੇ ਤੋਂ ਜਾਨਵਰ ਲਓ, ਅਤੇ ਜੇ ਪੱਕੇ ਤੋਂ ਲੈਂਦਾ ਅਗਲਾ 4 ਦਿਨ ਉਹਨੂੰ ਵੇਚਣਾ ਵੀ ਅਗਲਾ ਵਿਖਾਉਂਦਾ ਵੀ ਪੱਕੇ ਟਿਕਾਣੇ, ਠੀਕ ਵੀ ਐਂ ਤੋਰੇ ਫੇਰੇ ਵਾਲਾ ਕੰਮ ਤੁਸੀਂ ਨਾ ਜਾਓ, ਤੁਸੀਂ ਉਸ ਚੂਚਾ ਨਾ ਲਓ। ਨਵੇਂ ਬੰਦੇ ਪਹਿਲੀ ਵਾਰ ਇਹ ਕੰਮ ਕਰਦੇ ਆ, ਹੈ ਨਾ, ਦੇਸੀ ਬਰਡ ਦਾ ਕੰਮ ਕਰਦੇ ਆ, ਉਹਨਾਂ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ, ਬੱਚਿਆਂ ਦੀ ਮੋਰਟੈਲਿਟੀ ਬਹੁਤ ਹੁੰਦੀ ਆ, ਜਿਵੇਂ ਕਿਸੇ ਨੇ 100 ਬੱਚਾ ਪਾਇਆ, ਡੇਲੀ 2-3-4 ਜਾਨਵਰ ਮਰ ਗਏ, ਹੈ ਨਾ। ਇੱਕ ਦਰਸ਼ਕਾਂ ਨੂੰ ਇਹ ਦੱਸਿਓ ਵੀ ਜਦੋਂ ਆਪਾਂ ਬੱਚਾ ਪਾਉਣਾ ਹੈਗਾ, ਇੱਕ ਦਿਨ ਦਾ ਬੱਚਾ ਕੋਈ ਹੈਚਰੀ ਤੋਂ ਜਾਂ ਤੁਹਾਡੇ ਵਰਗੇ ਭਰਾਵਾਂ ਤੋਂ ਲੈਂਦਾ ਹੈਗਾ,
ਉਹਦੀ ਤਿਆਰੀ ਕੀ ਹੁੰਦੀ ਹੈ, ਕਿੰਨੇ ਦਿਨਾਂ ਤੱਕ ਉਹਦੀ ਜ਼ਿਆਦਾ ਕੇਅਰ ਕਰਨੀ ਪੈਂਦੀ ਆ, ਕੀ ਸਟੈਪ ਹੁੰਦੇ ਨੇ, ਉਹ ਸਾਰਾ ਸਮਝਾਇਓ ਜੀ ਇੱਕ ਦਿਨ ਦੇ ਬੱਚੇ ਤੋਂ। ਉਹਦੇ 'ਚ ਬਈ ਕਈ ਗੱਲਾਂ ਹੋਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ, ਮੋਟੀਆਂ ਮੋਟੀਆਂ ਜਿਵੇਂ ਗੱਲਾਂ ਇੱਕ ਦਿਨ ਵਾਲੇ ਬੱਚੇ 'ਚ। ਹਾਂ ਜ਼ਿਆਦਾਤਰ ਜਿਹੜੇ ਕਸਟਮਰ ਜਿਵੇਂ ਲਾ ਲਓ ਇੱਕ ਦਿਨ ਦਾ ਬੱਚਾ ਲੈਂਦੇ ਆ ਬਈ, ਹਾਂਜੀ ਤੁਸੀਂ ਇੱਕ ਦਿਨ ਦਾ ਬੱਚਾ ਕਦੇ ਵੀ ਸਿੱਧਾ ਡਾਇਰੈਕਟਲੀ ਨਾ ਲਓ। ਜੇ ਲੈਣਾ ਤਾਂ ਤੁਸੀਂ ਪਹਿਲੇ ਵਾਰੀ ਵਾਲਿਆਂ ਦੀ ਗੱਲ ਕਰਦੇ, ਜਿਹਨੇ ਨਵਾਂ ਕੰਮ ਸ਼ੁਰੂ ਕਰਨਾ, ਤਾਂ ਤੁਸੀਂ ਅਗਲੇ ਕੋਲ ਬਈ ਹਫ਼ਤਾ 10 ਦਿਨ ਪਹਿਲਾਂ ਜਾਓ। ਹਾਂਜੀ ਮੈਨੇਜਮੈਂਟ ਕਹਿ ਦੀ ਵੀ ਸਿਸਟਮ ਵੇਖ ਕੇ ਆਓ ਕਿਵੇਂ ਰੱਖਿਆ, ਕਿੰਨਾ ਟੈਂਪਰੇਚਰ ਹੈ। ਹੁਣ ਅਗਲਾ ਉਹ ਕਹਿੰਦਾ ਬਈ 35 ਹੋਣਾ ਚਾਹੀਦਾ ਟੈਂਪਰੇਚਰ, ਹੁਣ ਆਪਣਾ ਤਜਰਬਾ ਹੀ ਹੈ, ਮੈਂ 35 ਤੋਂ ਬਈ ਪਲੱਸ ਹੀ ਰੱਖੋ। ਆਪਾਂ ਨੂੰ ਕਿਸੇ ਨੂੰ ਕਹੀਦਾ ਬਈ ਟੈਂਪਰੇਚਰ ਬਣਾ ਕੇ ਰੱਖੋ। ਹੁਣ ਜਿਹੜੇ ਬੰਦੇ ਸਾਡੇ ਕੋਲੋਂ ਫਾਰਮ ਤੋਂ ਆ ਕੇ ਚੂਚਾ ਲੈ ਕੇ ਜਾਂਦੇ ਆ ਬਈ, ਹੈ ਨਾ, ਅਗਲੇ ਨੂੰ ਅਸੀਂ ਟੈਂਪਰੇਚਰ ਵਿਖਾਉਂਦੇ ਹਾਂ ਅੰਦਰ ਦਾ, ਬਈ ਇੰਨੇ ਟੈਂਪਰੇਚਰ 'ਚ ਫਿਰਦਾ ਹੈ, ਜੇ ਇੰਨਾ ਤੂੰ ਰਾਤ ਰਾਤ ਰੱਖੇਗਾ ਫਿਰ ਜਾਨਵਰ ਸਹੀ ਰਹੂਗਾ, ਨਹੀਂ ਤਾਂ ਬਈ ਤੇਰੇ ਕੋਲ ਮੋਟੈਲਿਟੀ ਆਊ ਸੀ, ਆਓ ਮਰੂਗਾ ਹੀ ਮਰੂਗਾ ਯਾਰ। ਠੀਕ ਹੈ ਜੀ, ਜਦੋਂ ਬੰਦੇ ਕੋਲ ਟੈਂਪਰੇਚਰ ਡਾਊਨ ਹੋਊਗਾ, ਇਹਦੇ 'ਚ ਐਂ ਹੁੰਦਾ ਵੀ ਜੇ ਇੱਕ ਦਿਨ ਦਾ ਬੱਚਾ ਲੈਂਦੇ ਹਾਂ ਆਪਾਂ, ਤਾਂ ਜਿਵੇਂ ਅਖਬਾਰ ਵਿਛਾ ਕੇ ਰੱਖੋ, ਹਾਂਜੀ, ਜਾਂ ਜਿਵੇਂ ਕਹਿ ਦਿਓ ਜਿਹਨੇ 100 ਚੂਚਾ ਹੈ। ਕਈ ਬੰਦੇ ਕੀ ਕਰਦੇ 100 ਚੂਚਾ ਲੈ ਗਏ, ਉਹਨੂੰ 10x10 ਵਾਲੇ ਕਮਰੇ 'ਚ ਕਹਿ ਦਈਏ ਸਾਰੇ ਜੀ ਛੱਡ ਦਿੰਦਾ ਅਗਲਾ, ਉਵੇਂ ਜਾ ਕੇ ਉਵੇਂ ਕਦੇ ਵੀ ਨਾ ਕੋਈ ਵੀ ਜਾਨਵਰ ਛੱਡੋ, ਕਿਤੋਂ ਵੀ ਲੈਂਦੇ ਹੋ। ਹਾਂਜੀ ਇੱਕ ਕਹਿ ਦਈਏ ਵੀ 4x4 ਜਾਂ 2x2 ਦਾ ਇੱਕ ਨਿੱਕਾ ਜਿਹਾ ਖਾਨਾ ਬਣਾ ਕੇ, ਹਾਂਜੀ ਉਹਦੇ ਵਿੱਚ ਵਧੀਆ ਅਖਬਾਰ ਵਿਛਾ ਕੇ ਪਾਣੀ ਵਾਲੇ ਧਰੋ, ਫੀਡ ਧਰੋ, ਅਤੇ ਉੱਤੇ ਪ੍ਰੋਪਰ 200 ਵਾਟ ਵਾਲਾ ਜਾਂ ਆਪਣੇ ਹੀਟ ਵਾਲੀਆਂ ਲਾਈਟਾਂ ਆਉਂਦੀਆਂ ਜਾਂ ਹੀਟਰ ਆਉਂਦਾ ਉਹ ਲਾਓ ਬਈ, ਵੀ ਬੱਚੇ ਨੂੰ ਫੁੱਲ ਇੱਕ ਸਾਰੀ ਗਰਮੈਸ਼ ਦਿਓ ਵੀ ਆਪਾਂ ਨੂੰ ਜਿਵੇਂ ਉਹਨੂੰ ਮੁੜਕਾ ਆਵੇ ਹੀ ਆਵੇ ਅੰਦਰ ਬਰੂਟਰ ਆ ਜਿਹੜਾ, ਫਿਰ ਬੰਦੇ ਦਾ ਕਦੇ ਨੁਕਸਾਨ ਨਹੀਂ ਹੋਊਗਾ। ਇਹਦੀ ਬਾਈ ਫੀਡਿੰਗ ਕੀ ਹੁੰਦੀ ਆ, ਜਦੋਂ ਬੱਚਾ ਪਹਿਲੇ ਦਿਨ ਦਾ ਆਉਂਦਾ ਇਹਨੂੰ ਕੀ ਦੇਣਾ ਹੁੰਦਾ ਫੀਡ ਦੇ ਵਿੱਚ ਜੀ? ਜਿਵੇਂ ਹੁਣ ਕਹਿ ਦਈਏ ਵੀ ਪਹਿਲੇ ਦਿਨ ਜਿਵੇਂ ਹੁਣ ਆਪਾਂ ਜਿਵੇਂ ਕਹਿ ਦਈਏ ਪ੍ਰੀ ਸਟਾਰਟਰ ਫੀਡ ਵੀ ਦੇ ਸਕਦੇ ਹਾਂ, ਅਤੇ ਜਿਵੇਂ ਹੁਣ ਜਿਹੜਾ ਦੇਸੀ ਬੱਚਾ ਜਵਾਂ ਦੇਸੀ ਬੱਚਾ ਉਹਨੂੰ ਆਪਾਂ ਚਿਕ ਕਰਮ ਸਟਾਰਟਰ ਦਿੰਦੇ ਹਾਂ, ਉਹਨੂੰ ਬਰਾਇਲਰ ਸਟਾਰਟਰ ਨਹੀਂ ਦਿੰਦੇ ਆਪਾਂ, ਉਹ ਚਿੱਕ ਕਰਨ ਸਟਾਰਟਰ ਹੀ ਦਿੰਦੇ ਵੀ ਹਲਕੀ ਬਰੀਡ ਹੁੰਦੀ ਹੈ ਅਤੇ ਉਹਦੇ ਵਾਸਤੇ ਬਣੀ ਹੁੰਦੀ ਹੈ। ਇਹ ਜਿਹੜੀ ਬਰੀਡ ਹੈ ਦੇਸੀ ਬਰੀਡ ਹੈ, ਘੱਟ ਖਰਚੇ 'ਚ ਤਿਆਰ ਹੁੰਦੀ ਹੈ, ਖੁਰਾਕ ਘੱਟ ਹੈ ਇਹਨਾਂ ਦੀ, ਦੌੜ ਐਪ ਜੀ ਦੇ ਮੁਕਾਬਲੇ, ਠੀਕ ਹੈ, ਅੱਧੀ ਬਰੀਡ 'ਚ ਤਿਆਰ ਹੁੰਦੀ। ਤੁਹਾਡੇ ਕੋਲ ਜੇ ਕਿਸੇ ਨੇ ਬੱਚਾ ਲੈਣਾ, ਹੈ ਨਾ, ਕਿਹੜੀ ਕਿਹੜੀ ਬਰੀਡ ਦਾ ਆਪਣੇ ਕੋਲ ਬੱਚਾ ਹੁੰਦਾ, ਔਰਡਰ 'ਤੇ ਦਿੰਦੇ ਹੋ ਜਾਂ ਹਰ ਵੇਲੇ ਬੱਚਾ ਹੁੰਦਾ ਹੈਗਾ, ਸਾਰਾ ਸਿਸਟਮ ਆਪਣਾ ਦੱਸੋ ਜੀ, ਕੀ ਰੇਟ ਹੁੰਦੇ ਨੇ ਇੱਕ ਦਿਨ ਦੇ ਬੱਚੇ? ਆਪਣੇ ਕੋਲ ਵੀ ਲਗਭਗ ਬਈ ਜਿਹੜੀਆਂ ਆਪਣੇ ਆਮ ਬਰੀਡਾਂ ਵਿਕਦੀਆਂ ਪਿੰਡਾਂ 'ਚ ਲਾ ਲਈਏ ਜਾਂ ਜਿਹੜੇ ਲੋਕ ਖਾਣ ਦੇ ਸ਼ੌਕੀਨ ਆ ਬਰੀਡਾਂ, ਉਹ ਬਰੀਡ ਸਾਰੀਆਂ ਹੀ ਹੁੰਦੀਆਂ, ਜਿਵੇਂ ਕਹਿੰਦੀ ਆਰ ਈ ਆਰ, ਡਬਲ ਐਫ ਜੀ, ਦੇਸੀ 'ਚ ਸੋਨਾਲੀ ਅਤੇ ਡੀ ਬੀ ਕਰੋਲ। ਹਾਂਜੀ, ਅਤੇ ਇਸ ਕੜਕਨਾਥ ਵੀ ਥੋੜ੍ਹਾ ਬਹੁਤਾ ਹੁੰਦਾ ਕਿਉਂਕਿ ਉਹਦਾ ਗਾਂ ਸਕੋਪ ਹੈ ਨਹੀਂ, ਮੇਨ ਤਾਂ ਡਬਲ ਐਫ ਜੀ ਅਤੇ ਡੀ ਬੀ ਅਤੇ ਸੋਨਾਲੀ, ਜਿਹੜਾ ਦੇਸੀ 'ਚ ਆ ਗਿਆ। ਹਾਂਜੀ ਇਹ ਬਰੀਡਾਂ ਹੁੰਦੀਆਂ ਬਈ ਆਪਣੇ ਕੋਲ ਆ ਰਹੀਆਂ। ਠੀਕ ਹੈ ਬਾਈ ਜੀ, ਜਿਹੜੀ ਹੁਣ ਆਹ ਬਰੀਡ ਆ ਵੀ ਡੀ ਪੀ ਸੇ ਸੋਨਾਲੀ, ਇਹ ਮਹਾਰਾਸ਼ਟਰ ਸਾਈਡ ਵਾਲੀ ਆਉਂਦੀ ਹੈ, ਅਤੇ ਸੈਲਾਂ 'ਚ ਅਸੀਂ ਉੱਧਰੋਂ ਲਿਆ ਕੇ ਵੀ ਵੇਚਦੇ ਹਾਂ ਬਈ, ਉਹਨਾਂ ਤੋਂ ਪੁੱਛੀਦਾ ਵੀ ਹੈ, ਭਾਵੇਂ ਮਤਲਬ ਤੁਸੀਂ ਵੀ ਨੈੱਟ 'ਤੇ ਸਰਚ ਮਾਰ ਕੇ ਪਤਾ ਕਰ ਸਕਦੇ ਹੋ, ਇਹ ਬਰੀਡ ਦਾ ਡਬਲ ਐਫ ਜੀ ਦੇ ਮੁਕਾਬਲੇ ਬਹੁਤ ਖਰਚਾ ਘੱਟ ਆ, ਅੱਧਾ ਹੀ ਖਰਚਾ ਬਈ। ਅੱਛਾ, ਇਹ ਸਸਤੀ ਫੀਡ 'ਤੇ ਤਿਆਰ ਹੁੰਦਾ ਡਬਲ ਐਫ ਜੀ ਦੇ, ਠੀਕ ਹੈ ਬਈ, ਟਾਈਮ ਜ਼ਰੂਰ ਵੱਧ ਲੈਂਦਾ ਉਹਦੇ ਨਾਲ ਮੰਨਦੇ ਆ, ਪਰ ਇਹ ਜਾਨਵਰ ਛੱਡ ਲਿਓ ਇੱਕ ਪਾਸੇ ਮੁਰਗਾ, ਇੱਕ ਪਾਸੇ ਡਬਲ ਐਫ ਜੀ ਵਾਲਾ ਛੱਡ ਲਿਓ, ਗਾਹਕ ਉਹ ਦੇਸੀ ਮੰਨੂਗਾ ਤਾਂ ਇਹਦੇ 2 ਰੁਪਏ ਵੱਧ ਵੀ ਦਊਗਾ। ਠੀਕ ਹੈ ਜੀ, ਡਬਲ ਐਫ ਜੀ ਮਾਲ ਵਜਨ ਜ਼ਰੂਰ ਜ਼ਿਆਦਾ ਕਰਦਾ, ਮੀਟ ਜ਼ਿਆਦਾ ਹੁੰਦਾ, ਪਰ ਕਹਿ ਦੀ ਵੀ ਜਿਹੜਾ ਸਵਾਦ ਅਤੇ ਪ੍ਰੋਟੀਨ ਮੁਕਾਬਲੇ, ਹੈ ਨਾ, ਆਹ ਜਾਨਵਰ ਵਧੀਆ ਹੁੰਦਾ। ਠੀਕ ਹੈ, ਜਿਹੜਾ ਦੇਸੀ ਹੁੰਦਾ ਬਈ ਜੀ, ਜਦੋਂ ਆਪਾਂ ਬੱਚਾ ਲੈਂਦੇ ਹਾਂ, ਹੈ ਨਾ, ਇਹਨੂੰ ਸ਼ੁਰੂ ਦੇ ਵਿੱਚ ਕੰਪਨੀਆਂ ਦੀ ਸਟਾਰਟਰ ਫੀਡ ਜਾਂ ਹੋਰ ਫੀਡਾਂ ਹੁੰਦੀਆਂ ਉਹ ਪਾਉਣੀਆਂ ਪੈਂਦੀਆਂ, ਜਦੋਂ ਬੱਚਾ ਤਿਆਰ ਹੋ ਜਾਂਦਾ ਹੈਗਾ ਉਦੋਂ ਉਹਨੂੰ ਆਪਾਂ ਦੇਸੀ ਫੀਡ 'ਤੇ ਵੀ ਤਿਆਰ ਕਰ ਸਕਦੇ ਹਾਂ, ਜਾਂ ਲਗਾਤਾਰ ਉਹਨੂੰ ਤਿਆਰ ਹੋਣ ਤੱਕ ਜਿਹੜੀ ਫੀਡ ਆ
ਇਹ ਆਪਾਂ ਨੂੰ ਮਹਿੰਗੀਆਂ ਫੀਡਾਂ ਹੀ ਵਰਤਣੀਆਂ ਪੈਂਦੀਆਂ। ਇਹਦੇ 'ਚ ਬਈ ਆਇਆ ਬੱਚਾ ਜਦੋਂ ਮੰਨ ਕੇ ਚੱਲੋ ਕੋਈ 500 ਬੱਚਾ ਹੈ, 500 ਬੱਚੇ ਨੂੰ ਕਹਿ ਦੇ ਵੀ ਇੱਕ ਵਾਰੀ ਤੁਸੀਂ ਚਿੱਕ ਕਰਮ ਸਟਾਰਟਰ ਸਸਤੀ ਫੀਡ ਆ, 1900 2000 ਵਾਲਾ ਬੈਗ ਆ ਬਈ, ਠੀਕ ਹੈ, ਵਧੀਆ ਕੰਪਨੀ ਦਾ, 7 ਤੋਂ 1600 ਦਾ ਹੀ ਮਿਲ ਜੂ। ਇੱਕ ਵਾਰੀ ਮਹੀਨਾ ਸਵਾ ਮਹੀਨਾ ਤੁਸੀਂ ਫੀਡ 'ਤੇ ਰੱਖੋ, ਫਿਰ ਤੁਸੀਂ ਮਹੀਨਾ ਮਹੀਨਾ ਕੁ ਰੱਖੋ ਫੀਡ, ਅਤੇ ਨਾਲ ਜਿਹੜੀ ਆਪਦੀ ਦੇਸੀ ਫੀਡ ਬਣਾਈ ਹੈ ਉਹਦੇ 'ਚ ਰੱਖੋ ਰਲਾ ਕੇ, ਮਿਕਸ ਕਰ, ਮਿਕਸ ਵੀ ਯੱਕ ਨਾਲ ਨਾ ਤੋੜੋ, ਅਤੇ ਮੁੜ ਕੇ ਤੁਸੀਂ ਅਗਲੇ ਮਹੀਨੇ ਉਹਦੀ 25% ਕਰ ਦਿਉ, 75 ਕਰ ਦਿਉ, ਐਂ ਕਰਕੇ ਤੁਸੀਂ ਦੇਸੀ 'ਤੇ ਲਿਜਾ ਸਕਦੇ ਹਾਂ, ਠੀਕ ਹੈ ਜੀ। ਬਾਕੀ ਵੀ ਜਿਹੜੀ ਹੁਣ ਦੇਸੀ ਜੀ ਕਹਿ ਸਕਦੇ, ਜਿਵੇਂ ਅਗਲਾ ਕਹਿੰਦਾ ਚੌਲਾਂ ਦੀ ਕਣੀ ਜਾਂ ਰਾਈਸ ਪਾਲਸ਼ ਦਾ ਛਿਲਕਾ ਮੱਕੀ, ਇਹਨਾਂ ਦੇ ਮੁਕਾਬਲੇ ਬਈ ਹੁਣ ਇੱਕ ਫੀਡ ਹੋ ਜਾਏ 1300-1350 ਦਾ ਪੈ ਗਈ ਹੈ, ਮਤਲਬ ਕਿ 2600 ਨੂੰ ਕੁਆਂਟਲ ਬਈ ਆਹੀ ਰੇਟ ਮੱਕੀ ਪੈ ਜਾਂਦੀ ਹੈ, ਉਹਦੇ ਨਾਲ ਚੰਗਾ ਮੈਦਾਨ ਵੀ ਉਹ ਫੀਡ 'ਤੇ ਤਿਆਰ ਕਰੋ, ਨਾਲੇ ਉਹਦੇ 'ਚ ਦਵਾਈਆਂ ਸਾਰਾ ਕੁਛ ਹੁੰਦਾ ਬਈ, ਠੀਕ ਹੋਵੇ। ਅਤੇ ਆਪਣਾ ਬਈ ਪ੍ਰੋਪਰ ਐਡਰੈਸ ਦੱਸ ਦਿਓ ਨਾ, ਕਿਸੇ ਨੇ ਆਉਣਾ ਤੁਹਾਡਾ ਫਾਰਮ ਦੇਖਣ, ਬੱਚਾ ਲੈਣਾ ਹੈਗਾ, ਆਪਣਾ ਕੰਟੈਕਟ ਨੰਬਰ ਅਤੇ ਪ੍ਰੋਪਰ ਐਡਰੈਸ ਦੱਸ ਦੀ। ਐਡਰੈਸ ਬਈ ਆਪਣਾ ਰੋਡ ਤੋਂ ਸਬੋਹ ਰੋਡ ਆ ਜਿਹੜੀ, ਹਾਂਜੀ, ਉਸੇ ਫਾਰਮ ਬੰਦੂ ਵਾਲਾ ਰੋਡ 'ਤੇ ਵੱਡਾ ਬੋਰਡ ਵੀ ਲੱਗਿਆ ਆਪਣੇ ਫਾਰਮ ਦਾ, ਹਾਂਜੀ, ਅਤੇ ਬਾਕੀ ਫੋਨ ਨੰਬਰ ਬੋਲ ਦਿੰਦੇ ਹਾਂ ਬਈ, ਤੁਸੀਂ ਆਪਣਾ ਤੇਜ਼ ਕੋਲ ਕਰਕੇ ਤੁਸੀਂ ਆ ਸਕਦੇ ਹੋ, ਬੱਚਾ ਕਦੋਂ ਮਰਜ਼ੀ ਮਿਲ ਜੂਗਾ। ਫੋਨ ਨੰਬਰ ਆਪਣਾ ਹੈਗਾ 88-723-3264, 88-723-3264 ਆਪਣਾ ਫੋਨ। ਬਹੁਤ ਬਹੁਤ ਧੰਨਵਾਦ ਬਾਈ ਜੀ, ਸਮਾਂ ਦਿੱਤਾ ਤੁਸੀਂ।